जिंदगी दी खेडां दे विच एक बार फिर तुहाडा स्वागत है। वीडियो की शुरुआत खड़ा दा पिछे फोड़ है, पर अज दी मेन वीडियो दा जिहड़ा हीरो हैगा ओह हैगा सवराज 735। ते सवराज जी भाई वीडियो तुहाडे लई लैके आए हैगे, नाल बने रहो। जिन्होंने हाले तक चैनल सबसक्राइब नहीं किया चैनल सबसक्राइब कर दिओ भाई। ते सबसक्राइबरां लई अपने लई खुशखबरी, एक भाई गिव अवे सोच रहे यामा भी। यामा एक मेरी नज़र च जमा क्लीयर 2000 मॉडल हैगा ते जमा ओरिजिनल कंडीशन च यामा खड़ा हैगा। तो मैं सोच रहा भी गिव अवे कर दिए, बस सबसक्राइब साढ़े चैनल का सबसक्राइब किए होने चाहिए, उन्होंने उ जरूरी है। तो बाकी दस दें थोड़ू पहला दिखा दी स्वराज 735। लो जी स्वराज, स्वराज बहुत इन्हें उड़ीक कराई हैगी तू भी मैनू भी, तो अज इनू दिखाने का टाइम आ गया। थोनू तो सारिया गल्लां बात सांझी करांगे भाई, किवें की होया, कित्थों होया, की होया। बाकी पहला वीडियो तुमने देखा ही होया सारा कुछ अपना, कि यह किवें एक एक पार्ट नवा लिया के इनू तैयार किया अपने 735 ਨੂੰ। ਐ ਲਾ ਲਓ ਵੀ ਤੇਲ ਬ੍ਰੇਕਾਂ ਲਾਤੀਆਂ, ਇੰਜਨ 855 ਵਾਲਾ ਕਰਤਾ, ਸਾਰਾ ਕੁਝ ਕਰਤਾ ਇਹਦਾ। ਨਿਕਲਿਆ ਸਵਰਾਜ, ਤੂੰ ਐਂ ਕਰ ਇਹਨੂੰ ਰੋਡ 'ਤੇ ਲੈ ਕੇ ਚੱਲ, ਮੇਨ 'ਤੇ ਉੱਥੇ ਦਿਖਾਉਣੇ ਹੈਗੇ 735। ਅਤੇ ਇਹਦੀ ਸ਼ੋਅ ਯਾਰ ਸੈਟਿੰਗ ਜੀ ਥੋੜ੍ਹੀ ਜਿਹੀ ਸੈਟਿੰਗ ਸਾਨੂੰ ਥੋੜ੍ਹਾ ਜਿਹਾ ਦਿੱਕਤ ਆਉਣੀਆਂ ਨੇਗੀਆਂ ਸ਼ੋਅ ਫਿੱਟ ਕਰਨ ਦੇ ਵਿੱਚ। ਇੱਕ ਬੰਦੇ ਨੂੰ ਮੈਂ ਦਿਖਾਈ ਵੀ ਸੀਗੀ ਪਰ ਗੱਲ ਨਹੀਂ ਬਣੀ। ਪਹਿਲਾਂ 735 ਦੇਖੋ, ਪਾਵਰ ਸਟੇਅਰਿੰਗ ਕੀਤਾ ਬਾਈ, ਲੈ ਚੱਲ ਰੋਡ 'ਤੇ, ਰੋਡ 'ਤੇ ਦਿਖਾਉਣੇ। ਰੋਡ 'ਤੇ ਲੈ ਚੱਲ। ਇਹਦੀ ਨਾ ਆਵਾਜ਼ ਜਿਵੇਂ ਫੋਰਡ ਦੀ ਐਡਵਾਂਸ ਹੁੰਦਾ ਨਾ ਫੋਰਡ, ਜਦੋਂ ਉਦੋਂ ਆਵਾਜ਼ ਹੁੰਦੀ ਹੈ, ਇਹਦੀ ਉਹੀ ਜਿਹੀ ਆਵਾਜ਼ ਹੈ। ਅਤੇ ਸਾਨੂੰ ਆਪਾਂ ਸਾਰੇ ਕਰਦੇ ਹਾਂ ਫੋਰਡ ਹੀ ਫੋਰਡ, ਅਤੇ ਸਾਨੂੰ ਐਂ ਲੱਗੀ ਜਾਂਦਾ ਯਾਰ ਵੀ ਐਡਵਾਂਸ ਹੈ, ਆਵਾਜ਼ 'ਚ ਕੋਈ ਪ੍ਰੋਬਲਮ ਹੈ, ਉਹ ਫੀਲ ਹੁੰਦਾ ਸਾਨੂੰ। ਸਮਾਨ ਕਿਹੜੀ ਕਿੱਟ ਪਾਈ ਹੈ ਤੇ ਪਾਵਰ ਸਟੇਅਰਿੰਗ ਕਰਨ ਦਾ ਵੀ ਇੱਕ ਇੱਕ ਪਾਰਟ ਜਿਹੜਾ ਹੈਗਾ ਇਹਦਾ ਨਵਾਂ ਹੀ ਆਇਆ ਹੈਗਾ। ਆਪਾਂ ਨੂੰ ਇਹਦੇ ਬਾਰੇ ਕੋਈ ਭੇਤ ਨਹੀਂ ਸੀ ਯਾਰ, ਸਿੱਧੀ ਜੀ ਗੱਲ, ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਵੀ ਆਪਾਂ ਨੂੰ ਇਹਦੇ ਬਾਰੇ ਕੋਈ ਭੇਤ ਨਹੀਂ ਸੀਗਾ। ਤੇ ਪਰ ਆਪਾਂ ਨੇ ਪੰਗਾ ਲਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈ ਵਧੀਆ ਸਲਾਹਕਾਰ ਵੀ ਆਪਾਂ ਨੇ ਸਲਾਹ ਲਈਆਂ ਨੇਗੀਆਂ। ਇਹ ਚੀਜ਼ ਤੋਂ ਵੀ ਨਹੀਂ ਬਾਈ ਆਪਾਂ ਭੱਜਦੇ ਹੈਗੇ ਵੀ ਅਸੀਂ ਕਹਿ ਦਈਏ ਵੀ ਪਤਾ ਨਹੀਂ ਸਾਨੂੰ ਹੀ ਆਉਂਦਾ ਹੈਗਾ, ਉਹ ਚੀਜ਼ ਨਹੀਂ ਹੈਗੀ। ਜ਼ਿਆਦਾ ਜਾ ਆਪਣੇ ਅਤੇ ਟਰੈਕਟਰ ਬਾਈ ਜਿਹੜੇ ਜਿਹੜੇ ਇਹਦੀਆਂ ਹੁਣ ਇਹਦੀਆਂ ਟੈਸਟਿੰਗ ਟੁਸਟਿੰਗ ਕਰਕੇ ਦੇਖ ਲਾਂਗੇ, ਅੱਜ ਕੱਢਿਆ ਹੈਗਾ ਅਤੇ ਜਿਹੜੇ ਵੀ ਕੰਮ ਹੋਣਗੇ ਉਹਦੇ ਸਾਰੇ ਤੁਹਾਨੂੰ ਨਾਲ ਉਹ ਵੀ ਸਾਂਝੇ ਕਰੀ ਚੱਲਾਂਗੇ। ਅਤੇ ਆਹ ਦੇਖੋ ਇਹ ਕਿੰਨੀ ਚਲਾ ਕੇ ਦੇਖ ਰਿਹਾ ਆਪਣੇ ਹਿਸਾਬ ਨਾਲ।
ਰੋਟੀ ਮਾਰੇਗਾ ਜਵਾਕ ਨੂੰ। ਚਲੋ ਜੀ ਪਾਵਰ ਕਮਾਈ ਸਟੀਅਰਿੰਗ ਕਮਾਈ। ਇਹ ਸਿੰਗਲ ਜੈਕ ਦੇ ਉੱਤੇ ਪਾਵਰ ਹੋਇਆਗਾ, ਇਹ ਸਟੀਅਰਿੰਗ ਸਿੰਗਲ ਜੈਕ ਹੈ, ਪਾਵਰ ਸਟੀਅਰਿੰਗ ਹੈਗਾ ਪਰ ਵਧੀਆ ਹੋਇਆਗਾ ਫਿਰ ਵੀ। ਤੇ ਇੱਕ ਚੀਜ਼ ਚਲਾਉਣਾ ਹੁੰਦਾ, ਮੈਂ ਚਲਾਇਆ ਸੀਗਾ ਤੇ ਜਦੋਂ ਚਲਾਉਣੇ ਨਾ ਸਟੀਅਰਿੰਗ ਹਿਚਕੀ ਜੀ ਮਾਰਦਾ ਯਾਰ, ਵੀ ਇੱਕ ਥਾਂ ਤੇ ਸਟੇਬਲ ਨਹੀਂ ਰਹਿੰਦਾ ਹੈਗਾ ਸਟੀਅਰਿੰਗ, ਵੀ ਸਿੱਧਾ ਟਾਇਰ ਸਿੱਧੇ ਨੇ, ਉਹ ਹਲਕਾ ਹਲਕਾ ਸਟੀਅਰਿੰਗ ਘੁੰਮਦਾ ਰਹਿੰਦਾ। ਉਹ ਕੀ ਚੱਕਰ ਹੈਗਾ, ਸਾਰੇ ਸਿੰਗਲ ਜੈਕ ਵਾਲੇ ਹੁੰਦੇ ਨੇ ਕਿਉਂਕਿ ਫੋਰਡ ਨਹੀਂ ਕਰਦਾ ਐਵੇਂ ਹੁਣ, ਪਹਿਲਾਂ ਫੋਰਡ ਜਿਹੜਾ ਸਿੰਗਲ ਜੈਕ ਨਹੀਂ ਕੀਤਾ ਸੀ ਉਹ ਕਰਦਾ ਸੀਗਾ, ਫੋਰਡ ਨਹੀਂ ਕਰਦਾ ਹੁਣ ਸਾਡੇ ਵਾਲਾ। ਇਹ ਵੀ ਹਿਚਕੀ ਰਹਿੰਦਾ ਕਿਲਾਣਾ, ਵੀ ਚੱਕਰ ਹੋਇਆ ਵੀ ਨੋਰਮਲ ਹੈ ਉਹ ਦੱਸੇ ਜ਼ਰੂਰ। ਤੇਲ ਬਰੇਕਾਂ ਹੀ ਨੇ ਆ ਕਰੀ ਉਧਰ ਲਾ ਛੱਡਦਾ ਨੀ, ਬ੍ਰੇਕ ਤੁਰਨ ਨੀ ਦਿੰਦੇ ਜਮਾ ਜਾ ਮੈਂ। ਕਿੰਨੀ ਚਲਾ ਕੇ ਦੇਖ ਰਿਹਾ ਹੈਗਾ, ਬਾਕੀ ਜਦੋਂ ਅੰਕਲ ਹੋਰੀ ਆਉਣਗੇ ਜਿਹਨਾਂ ਦਾ ਟਰੈਕਟਰ ਹੈਗਾ ਉਹਨਾਂ ਨੂੰ ਵੀ ਕਹਿ ਦਾਂਗੇ, ਉਦੋਂ ਤੱਕ ਸ਼ਾਇਦ ਮੈਂ ਲਿੰਕਾਂ 'ਤੇ ਹੁੱਕ ਵੀ ਲਿਆ ਵਾਂ, ਵੀ ਉਦੋਂ ਤੱਕ ਲਿੰਕ ਹੁੱਕ ਪਾ ਕੇ ਸਾਰਾ ਕੁਝ ਇਹਨਾਂ ਦਾ ਉਹ ਕਰ ਦਾਂਗੇ ਆਪਾਂ, ਕਿਉਂਕਿ ਅਸੀਂ ਪਹਿਲੀ ਵਾਰ ਕੀਤਾ ਯਾਰ, ਸਾਨੂੰ ਡਰ ਜਾ ਹੁੰਦਾ ਹੀ ਹੈ, ਡਰ ਜਾ ਤਾਂ ਹੀ ਤਾਂ ਇੰਨਾ ਧੱਕਾ ਕਰ ਰਿਹਾ, ਮੈਂ ਪਹਿਲੀ ਵਾਰ ਕੀਤਾ ਡਰ ਜਾ ਹੁੰਦਾ ਹੀ ਹੈ ਵੀ ਜਿਹੜਾ ਪਤਾ ਨਹੀਂ ਕੀ ਤਿਆਰ ਹੋਊਗਾ। ਅਤੇ ਜਿਸ ਹਿਸਾਬ ਨਾਲ ਡਰ ਰਿਹਾ ਸੀਗਾ ਉਨਾ ਵੀ ਉਨੀ ਔਖੇ ਤਾਂ ਹੋਏ, ਪਰ ਵਧੀਆ ਹੋ ਗਿਆ ਉਸ ਹਿਸਾਬ ਨਾਲ, ਵਧੀਆ ਹੋ ਗਿਆ। ਅਤੇ ਹੁਣ ਉਹ ਕਾਫੀ ਚੀਜ਼ਾਂ ਇਹਦੀਆਂ ਚੇਂਜ ਹੋਣਗੀਆਂ, ਨਾਲ ਉਹ ਸਾਰੀ ਬੋਡੀ ਦਾ ਹੀ ਕੰਮ ਰਹਿ ਗਿਆ ਹੁਣ ਤਾਂ ਮੇਨ ਤਾਂ, ਅਤੇ ਇੱਕ ਟੈਸਟਿੰਗ ਰਹਿ ਗਈ ਬਸ ਖੇਤ 'ਚ ਇਹਦੀ ਵਾਹ ਕੇ। ਅਤੇ ਭਾਈ ਤੁਹਾਡੇ ਸਾਹਮਣੇ ਹੈ, ਤੁਸੀਂ ਹੁਣ ਆਪ ਇੱਕ ਵਾਰ ਨਿਗਾਹ ਮਾਰ ਲਿਓ, ਵੀ ਇਹ ਮੈਂ ਨੇੜੇ ਤੋਂ ਦਿਖਾ ਦਿੰਦਾ ਤੁਹਾਨੂੰ ਵੀ ਸਾਰਾ ਕੁਝ ਜਿਹੜੇ ਕੰਮ ਹੋਏ ਨੇਗੇ ਵੀ ਉਹ ਦੇਖ ਲਿਓ। ਤੇਲ ਆ ਗਿਆ ਅਤੇ ਆ ਇਹਦੀ ਪਾਸਲ ਲੀਕ ਹੋਊਗੀ, ਇਹੀ ਚੀਜ਼ਾਂ ਦੀ ਟੈਸਟਿੰਗ ਨਾਲ ਪਤਾ ਲੱਗ ਜਾਂਦਾ ਹੈਗਾ। ਲੈ ਚੱਲ ਹੁਣ ਘਰੇ ਜਾ ਕੇ ਇਹਨੂੰ ਬੰਦ ਕਰਕੇ ਦੱਸਦੇ ਇਹਦੇ ਬਾਰੇ ਵੀਡੀਓ, ਘਰੇ ਲੈ ਚੱਲ ਬੰਦ ਕਰਕੇ ਦੱਸਦੇ, ਹੁਣ ਇੱਕ ਵਾਰ ਚੱਲਦਾ ਦਿਖਾਤਾ, ਬਾਕੀ ਬੰਦ ਕਰਕੇ ਦਿਖਾ ਦਿੰਦੇ।
ਲਓ ਜੀ ਘਰੇ ਵਾਪਸ ਆ ਚੁੱਕੇ ਹਾਂਗੇ ਤੇ ਘਰੇ ਟਰੈਕਟਰ ਨੂੰ ਅੰਦਰ ਵਰਕਸ਼ਾਪ ਦੇ ਲਾ ਦਿੱਤਾ ਹੈਗਾ ਤੇ ਹੁਣ ਪਹਿਲਾਂ ਗਿੰਨੀ ਤੋਂ ਵੀ ਪੁੱਛਾਂਗੇ ਬਬਲੂ ਤੋਂ ਵੀ ਪੁੱਛਾਂਗੇ ਇਹ ਪਹਿਲਾਂ ਤਾਂ ਟਰੈਕਟਰ ਦੇ ਵਿੱਚ ਬਬਲੂ ਕੀ ਕੰਮ ਕੀਤੇ ਨੇ ਉਹ ਦੱਸ ਦੇ ਵੀ ਇਹ ਕਿਸ ਕੰਡੀਸ਼ਨ 'ਚ ਆਇਆ ਸੀਗਾ ਪਹਿਲਾਂ ਤਾਂ ਕੰਡੀਸ਼ਨ ਤੇਰੇ ਯਾਰ ਹਰਦੀਪ ਬਾਈ ਹੋਰਾਂ ਦਾ ਗਿੱਲ ਹਰਦੀਪ ਹੈ ਬਾਈ ਆਪਣਾ ਗਿੱਲ ਹਰਦੀਪ ਗਿੱਲ ਤੇ ਬਾਈ ਹੋਰਾਂ ਦਾ ਟਰੈਕਟਰ ਹੈਗਾ ਤੇ ਉਹ ਇਹਨੂੰ ਚਾਹੁੰਦੇ ਸੀਗੇ ਵੀ 735 ਨੂੰ 735 ਰੱਖੀਏ ਤੇ ਹਰਾ ਬਣਾਈਏ ਹਰਾ ਸਵਰਾਜ ਤਿਆਰ ਕਰੀਏ ਤੇ ਹਰੇ ਸਵਰਾਜ ਤੋਂ ਬਾਅਦ ਇਹਦੇ ਨੀਲੀ ਬਾਡੀ ਇਹਨਾਂ ਨੇ ਵੀ ਹਰੇ ਤੋਂ ਬਾਅਦ ਇਹਨਾਂ ਨੇ ਇੱਕ ਵਾਰ ਹੋਰ ਤਿਆਰ ਪਹਿਲਾਂ ਵੀ ਤਿਆਰ ਕਰਾਇਆ ਹੋਇਆ ਸੀਗਾ ਉਦੋਂ ਇਹਨਾਂ ਨੇ 744 ਵਾਲੀ ਬਾਡੀ ਲਾਈ ਹੋਈ 744 ਨਵੇਂ ਮਾਡਲ ਸੀ ਨਵੇਂ ਮਾਡਲ ਵਾਲੀ ਬਾਡੀ ਲਾਈ ਹੋਈ ਸੀਗੀ ਪਰ ਹੁਣ ਇਹਦੀ ਬਾਡੀ ਵੀ ਹਰੇ ਸਵਰਾਜ ਦੀ ਤਿਆਰ ਕਰਨੀ ਹੈ ਪਰ ਗੱਲਾਂ ਕਰਦੇ ਕਰਦੇ ਤਿਆਰ ਕਰਦੇ ਕਰਦੇ ਕਈ ਚੀਜ਼ਾਂ ਦਾ ਬਦਲਾਅ ਹੋ ਗਿਆ ਵੀ ਆਹ ਵੀ ਕਰ ਦਿਉ ਉਹ ਵੀ ਕਰ ਦਿਉ ਕਿੱਥੇ 735 ਜੇ ਆਪਾਂ ਇਹ ਓਰਿਜਨਲ ਤਿਆਰ ਕਰਦੇ ਤਾਂ ਜੋ ਮੈਨੂੰ ਲੱਗਦਾ ਜਲਦੀ ਤਿਆਰ ਹੋ ਜਾਂਦਾ ਉਹ ਤਾਂ ਹੁਣ ਕਿੱਦਾਂ ਦਾ ਤਿਆਰ ਹੁੰਦਾ ਜਦੋਂ ਆਹ ਚੀਜ਼ਾਂ ਜਦੋਂ ਕਰਨੀਆਂ ਪੈਂਦੀਆਂ ਨੇ ਵੱਡਾ ਕਰਨਾ ਪੈਂਦਾ ਨਾ ਜਦੋਂ ਟਰੈਕਟਰ ਨੂੰ ਤਾਂ ਉਹਦੇ 'ਚ ਟਾਈਮ ਲੱਗਦਾ ਇਹਦਾ ਕੰਮ ਕੀ ਹੋ ਜਾਣਾ ਮਾੜਾ ਸਮਝਾ ਦੇ ਮੇਨ ਚੀਜ਼ ਬਾਰੇ ਮੇਨ ਕੰਮ ਆਹ ਸਾਰਾ ਚੇਂਜ ਆ ਹੈਡ ਹੋ ਗਿਆ ਟਾਈਮ ਪਲੇਟ ਹੋ ਗਿਆ ਚੈਂਬਰ ਚੇਂਜ ਕਰਤਾ ਆਪਾਂ ਉਹਦੀ ਪੰਪ ਚੇਂਜ ਕਰਤੀ ਪੰਪ ਅੰਦਰ ਪਹਿਲਾਂ ਅੰਦਰ ਸੀ ਹੁਣ ਆਪਾਂ ਦੋਵੇਂ ਪੰਪ ਬਾਹਰ ਕੱਢਦੇ ਲਿਫਟ ਵਾਲਾ ਵੀ ਪ੍ਰੈਸ਼ਰ ਸਟਿੰਗਰ ਦੋਵੇਂ ਕੱਢਤਾ ਉਸ ਤੋਂ ਆਪਾਂ ਬਾਅਦ ਤੇਲ ਬ੍ਰੇਕਾਂ ਕਰਤੇ ਕੋਈ ਪੁਰਾਣੇ ਹੰਡੀ 'ਚ ਰੱਖਦਾ ਆਪਾਂ ਨਵਾਂ ਹੰਡੀ ਕੋਈ ਨਹੀਂ ਪਾਇਆ ਪੁਰਾਣੇ ਹੰਡੀ 'ਚ ਆਪਾਂ ਕੰਮ ਗੇਅਰਾਂ ਦਾ ਕੀ ਕੀਤਾ ਹੈਗਾ ਗੇਅਰ ਦਾ ਸਾਰੇ ਸਮਾਨ ਗਰਾਰੀ ਪੈ ਗਿਆ ਜੀ ਗਰਾਰੀ ਸਾਰੇ ਮਨ ਕੁੰਟਰ ਵੀ ਪੈ ਗਿਆ ਉੱਪਰਲੀ ਸਾਲਟ ਵੀ ਪੈ ਗਈ ਹਾਈ ਲੋ ਵਾਲਾ ਜੁਗਾੜ ਸਾਰੇ ਪੈ ਗਿਆ ਆਪਣਾ 6 ਗਰਾਰੀਆਂ ਪੈ ਸਾਰੇ ਗਰਾਰੀ ਪੈ ਇੱਕ ਗਰਾਰੀ ਨਹੀਂ ਪੁਰਾਣੀ ਇੱਕ ਵੀ ਗਰਾਰੀ ਪੁਰਾਣੀ ਨਹੀਂ ਆਇਆ ਹੋ ਗਿਆ ਤੇ ਇਹ ਸਾਰਾ ਕੁਝ ਗੇਅਰ ਦਾ ਚੇਂਜ ਹੋ ਗਿਆ ਤੇ ਪਿਛਲੀਆਂ ਬ੍ਰੇਕਾਂ 'ਚ ਆਪਾਂ ਨੇ ਖਾਸ ਕੀ ਕੀਤਾ ਮਾੜਾ ਸਮਝਾਈ ਆਪਣੇ ਵੀ ਤੇਲ ਬ੍ਰੇਕਾਂ ਕਿਵੇਂ ਕੀਤੀਆਂ ਨੇ ਤੇਲ ਬ੍ਰੇਕਾਂ ਤਾਂ ਆਪਾਂ ਕੀਟ ਪਾਤੇ ਸਾਰੇ ਜੀ ਨਵਾਂ ਸਾਫ਼ ਟੁੱਟ ਤਾਂ ਹੋਈ ਰਹੀਆਂ ਪਹਿਲਾਂ ਜਿਹੜਾ ਹੰਡੀ ਹੈ ਬ੍ਰੇਕਾਂ ਦੀਆਂ ਉਹ ਸਾਰੇ ਨਵੇਂ ਪਏ ਆਪਾਂ ਲੇਦਰ ਉਦਰ ਸਾਰੇ ਨਵੇਂ ਪਾਏ ਬਾਕੀ ਸਾਰੇ ਜਿਹੜਾ ਮੇਨ ਹਾਂਡੀ ਵੱਡੀ ਉਹੀ ਰਹੇਗੀ ਹਾਂ ਜਿਹੜੀ ਸਾਫਟ ਅੰਦਰਲੀ ਉਹ ਵੀ ਨਵੀਂ ਪਾਤੀ ਆਪਣੀ ਦੋ ਸਾਈਡਾਂ ਦੀਆਂ ਜਿਹੜੀ ਵੱਡੀ ਗਰਾਰੀ ਆ ਉਹ ਵੀ ਨਵੀਂ ਪਾਤੀ ਠੀਕ ਹੈ ਮਾੜਾ ਜਿਹਾ ਨਿਗਾਹ ਮਰਵਾ ਦੇ ਅੱਜ ਤੇ ਇਹਦੇ ਵਿੱਚ ਮੇਨ ਕੀਤਾ ਕੀ ਹੈਗਾ ਜਿਹੜੀਆਂ ਬ੍ਰੇਕਾਂ ਨੇਗੀਆਂ ਮਕੈਨਿਕ ਤੇ ਸਮਝਾਏ ਤੇ ਵਧੀਆ ਹੋ ਜੂ ਯਾਰ ਮੈਂ ਤਾਂ ਹਾਂਜੀ ਆ ਜਿਹੜੀ ਹੰਡੀ ਆ ਉਹਦੇ ਅੰਦਰ ਸਾਫਟ ਪੈਂਦੀ ਆ ਇਹਦੇ ਅੰਦਰ ਸਾਫਟ ਉਹ ਦੋ ਆਪਾਂ ਨਵੀਂ ਸਾਫਟ ਪਾਈ ਆ ਠੀਕ ਹੈ ਜਿਹੜੀ ਇਹ ਹੰਡੀ ਹੈ ਇਹਦੇ ਅੰਦਰ ਸਾਫਟ ਪੈਂਦੀ ਹੈ ਨਵੇਂ ਮਾਡਲ ਦੀ ਪਾਈ ਆ ਉਹ ਨਵੇਂ ਮਾਡਲ ਵਾਲੀ ਅੰਦਰੋਂ ਪਾਤੀ ਤੇ ਜਿਹੜੀ ਆ ਵੱਡੀ ਹੰਡੀ ਆ ਇਹੀ ਰਹੇਗੀ ਇਹ ਤਾਂ ਹੰਡੀ ਆ ਰਹੀ ਹੈ ਇਹ ਹੰਡੀ ਇਹੀ ਰਹੇਗੀ ਤੇ ਇਹਦੇ ਆ ਸਰਾਖ ਕਿਵੇਂ ਮਾਰੇ ਨੇਗੇ ਇਹਦਾ ਆਪਾਂ ਖਰਾਦ ਤੋਂ ਕਢਾ ਕੇ ਚੂੜੀ ਨੂੰ ਪਵਾ ਕੇ ਫਿਰ ਸੈਟਿੰਗ ਕਰਾ ਕੇ ਪਾਈਪ ਲਾ ਦਿੱਤੀ ਉਸੇ 'ਚ ਹੀ ਕਰਤਾ ਜੇ ਵੈਸੇ ਯਾਰ ਮੈਂ ਨਾ ਕੁਛ ਚੀਜ਼ਾਂ ਕਰਦਾ ਹੋਇਆ ਮੈਂ ਵੀ ਥੋੜ੍ਹਾ ਜਿਹਾ ਧਿਆਨ ਨਾਲ ਇਹ ਚੀਜ਼ਾਂ ਸੋਚਦਾ ਵੀ ਜੇ ਬੰਦੇ ਨੇ ਯਾਰ ਸਾਰਾ ਕੁਝ ਹੀ ਚੇਂਜ ਕਰਾਤਾ ਮੰਨ ਲਓ ਇਹਦਾ ਹੁਣ ਜਿਹੜਾ ਇੰਜਨ ਬਲੌਕ ਹੈ ਉਹੀ ਹੈਗਾ ਹੈ ਨਾ ਇਹਦਾ ਆਹ ਬਲੌਕ ਸਾਰਾ ਇਹੀ ਹੈਗਾ ਇਹਦਾ ਹਾਂਡੀ ਵਾਲਾ ਬਲੌਕ ਇਹੀ ਹੈ ਅਤੇ ਇਹ ਉਹਨਾਂ ਦਾ 735 ਪੁਰਾਣਾ ਹੈਗਾ ਹਲੇ ਵੀ ਹੈਗਾ ਜੇ ਆਪਾਂ ਨੇ ਯਾਰ ਸਾਰਾ ਕੁਝ ਹੀ ਚੇਂਜ ਕਰਤਾ ਫਿਰ ਉਹ ਟਰੈਕਟਰ ਨਾ ਫਿਰ ਤਾਂ ਆਪਾਂ ਨੂੰ ਨਵਾਂ ਟਰੈਕਟਰ ਲੈਣ ਦਾ ਫਾਇਦਾ ਬਾਈ ਜੇ ਇੰਨਾ ਕੁਝ ਤੁਸੀਂ ਹੈ ਨਾ ਵੀ ਆਪਾਂ ਜੇ ਤਾਂ ਯਾਦ ਰੱਖਣੀ ਹੈ ਹੈ ਨਾ ਵੀ ਆਪਣੀ ਆਪਣੀ ਚੀਜ਼ ਹੈਗੀ ਬਾਕੀ ਅਗਲੇ ਦੀ ਮਰਜ਼ੀ ਹੈ ਬਾਈ ਅਸੀਂ ਤਾਂ ਕੰਮ ਕਰਨਾ ਹੈ ਨਾ ਵੀ ਜਿਵੇਂ ਮਰਜ਼ੀ ਕਰਾ ਲਓ ਪਰ ਜੇ ਆਪਾਂ ਨੇ ਉਹੀ ਚੀਜ਼ ਨੂੰ ਜਿਉਂਦਾ ਰੱਖਣਾ ਵੀ ਹਾਂ ਇਹ ਸਾਡੀ ਚੀਜ਼ 735 ਸਾਡਾ ਉਹੀ ਹੈਗਾ ਵੀ ਅਸੀਂ ਉਹਨੂੰ ਫਿਰ ਤਾਂ ਬਾਈ ਆਹ ਮੇਨ ਚੀਜ਼ਾਂ ਨੇਗੀਆਂ ਜਿਹੜੀਆਂ ਹੋਣੀ ਚਾਹੀਦੀਆਂ ਹੈ ਨਾ ਜੇ ਧਾੜੀ ਟੈਟੂ ਤਾਂ ਬਦਲਦੇ ਰਹਿੰਦੇ ਚੱਲ ਹਿੱਸਾ ਨਵੀਂ ਟੈਕਨੋਲੋਜੀ ਆ ਗਈ ਪਾਵਰ ਸਟੀਅਰਿੰਗ ਕਰਨ ਦੀ ਡਿਮਾਂਡ ਸੀਗੀ ਤਾਂ ਕਰਨਾ ਪੈਂਦਾ ਹੈਗਾ ਹੈ ਨਾ ਪਰ ਜਿਹੜੀਆਂ ਮੇਨ ਚੀਜ਼ਾਂ ਨੇਗੀਆਂ ਜੋ ਉਹਦਾ ਸਰੀਰ ਹੈਗਾ ਉਹ ਤਾਂ ਉਹੀ ਦਿੰਦਾ ਹੈਗਾ ਅਤੇ ਇਹ ਉਹੀ ਸੋਚ ਕੇ ਬਸ ਉਹਨਾਂ ਨੇ ਕਰਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਹੋਰ ਕੋਈ ਇਹਦੇ ਵਿੱਚ ਬਾਹਲੀ ਲੰਬੀ ਚੌੜੀ ਗੱਲ ਨਹੀਂ ਅਤੇ ਇਹਨੂੰ ਪਾਵਰ ਸਟੀਅਰਿੰਗ ਕਰਨ ਵਾਸਤੇ ਕੀ ਕੁਝ ਕਰਨਾ ਪਿਆ ਆਪਾਂ ਨੂੰ ਪਾਵਰ ਸਟੀਅਰਿੰਗ ਕਰਨ ਵਾਸਤੇ ਆਪਾਂ ਟਾਈਮ ਪਲੇਟ ਚੇਂਜ ਕਰਨਾ ਪੈ ਗਿਆ ਜੀ ਠੀਕ ਹੈ ਪੰਪ ਕਿਉਂ ਫਿਰ ਲੱਗ ਡਬਲ ਲੱਗਾ ਜੇ ਲਿਫਟ ਵਾਲਾ ਹੀ ਬਾਹਰ ਕੱਢਤਾ ਹਾਂ ਸਟੀਅਰਿੰਗ ਵਾਲਾ ਵੀ ਮੂਹਰੇ ਲੱਗਦਾ ਲਿਫਟ ਵਾਲਾ ਮਗਰ ਹੁੰਦਾ ਇਹਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਪੁੱਲੀ ਚੇਂਜ ਉਹ ਪੁੱਲੀ ਚੇਂਜ ਹੋ ਗਈ ਆ ਡਬਲ ਬੈਲਟ ਪਈ ਹੈ ਨਾ ਪੁੱਲੀ ਚੇਂਜ ਹੋ ਗਈ ਆ ਡਬਲ ਬੈਲਟ ਵਾਲੀ ਪੁੱਲੀ ਪਾਈ ਹੋਈ ਹੈ ਬਾਈ ਪੁੱਲੀ ਚੇਂਜ ਹੈਗੀ ਆ ਅੰਦਰ ਤੁਹਾਨੂੰ ਦਿਖ ਰਹੀ ਹੋਊਗੀ ਪੁੱਲੀ ਚੇਂਜ ਕਰਤੀ ਅਤੇ ਬਾਕੀ ਅਲਟੀਨੇਟਰ ਬਾਈ ਉਹ ਮਿੰਡਾ ਵਾਲਾ ਹੀ ਲਾਇਆ ਆਪਾਂ ਨੇ ਆਹ ਮਿੰਡਾ ਦਾ ਅਲਟੀਨੇਟਰ ਲਾਇਆ ਹੈਗਾ ਬੈਂਕੋ ਦਾ ਰੇਡੀਏਟਰ ਲਾਇਆ ਹੈਗਾ ਇਹਦੇ 'ਚ ਲੱਗ ਗਿਆ ਸਵਰਾਜ ਦਾ ਸਲੈਂਸਰ ਇਹਦਾ ਸਲੈਂਸਰ ਦੇ ਵਿੱਚ ਪਹਿਲਾਂ ਕਿੱਧਰਲੇ ਪਾਸੇ ਇੱਧਰਲੇ ਪਾਸੇ ਹੁੰਦਾ ਸਲੈਂਸਰ ਵੀ ਇਹਦਾ 911 ਦਾ ਚੇਂਜ ਹੁੰਦਾ ਨਾ 911 ਆਹ ਜਿਹੜਾ ਹਿੱਸਾ ਸੈਲਫ ਲੱਗਣੀ ਰਹਿੰਦੀ ਹੈ ਹਲੇ ਨਵੀਂ ਇਹਦੀ ਆਹ ਜਿਹੜਾ ਹਿੱਸਾ ਠੀਕ ਹੈ ਜਿਹੜਾ ਹਿੱਸਾ ਲੱਗਿਆ ਹੋਇਆ 963 ਦਾ ਬਾਈ ਤੇ ਆ ਫੋਰਡ ਤਿਆਰ ਹੋ ਰਿਹਾ ਹੈਗਾ
ਇਹਦੇ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਟਾਇਰ ਵੀ ਦਿਖਾਤੇ ਸੀ ਦੂਸਰੇ ਲੱਗੇ ਹੋਏ ਨੇਗੇ ਬੜਾ ਮਾਰੋ ਅਤੇ ਟਾਇਰਾਂ ਦਾ ਰੰਗ ਨਹੀਂ ਮੈਨੂੰ ਪਸੰਦ ਆਇਆ ਇਸ ਕਰਕੇ ਦੁਬਾਰੇ ਕਢਵਾ ਕੇ ਦੁਬਾਰੇ ਰੰਗ ਕਰਵਾ ਰਹੇ ਹਾਂ ਫਰੰਟ ਟਾਇਰਾਂ ਦਾ ਜਿਹੜਾ ਪੇਂਟ ਹੋਏ ਪੇਂਟ ਜੋਬ ਸੀ ਨਾ ਉਹ ਪਸੰਦ ਨਹੀਂ ਇਸ ਕਰਕੇ ਦੁਬਾਰੇ ਕਢਵਾ ਕੇ ਦੁਬਾਰੇ ਪੇਂਟ ਕਰਵਾਉਣੇ ਉਹ ਪਏ ਨੇ ਉਹ ਦੁਬਾਰੇ ਪੇਂਟ ਕਰਵਾ ਰਹੇ ਹਾਂ ਉਹਨੂੰ ਅਤੇ ਆਵਾਜ਼ ਸੁਣੋ ਇਹਦੀ ਥੋੜ੍ਹ ਦੀ ਇਹਦੀ ਕੱਲ੍ਹ ਨੂੰ ਰਬਿੰਗ ਹੋਣੀ ਹੈਗੀ ਅਤੇ ਕੱਲ੍ਹ ਨੂੰ ਰਬਿੰਗ ਹੋ ਕੇ ਫਿਰ ਸਟਿੱਕਰ ਸਟੁੱਕਰ ਲੱਗ ਜਾਣਗੇ ਵਾਇਰਿੰਗ ਦਾ ਕੰਮ ਸ਼ੁਰੂ ਹੋ ਜੂਗਾ ਅਤੇ ਬਾਕੀ ਦੂਸਰੇ ਕੰਮ ਇਹਦੇ ਸ਼ੁਰੂ ਹੋਏ ਨੇ ਕੱਲ੍ਹ ਅਤੇ ਹਾਂਜੀ ਬਾਈ ਦਿਨ ਛੋਟੇ ਹੋ ਗਏ ਕੰਮ ਜ਼ਿਆਦਾ ਹੋ ਗਿਆ ਕੰਮ ਵੀ ਜ਼ਿਆਦਾ ਦਿਨ ਛੋਟੇ ਹੋ ਗਏ ਅਤੇ ਚਲੋ ਤੁਹਾਨੂੰ ਅੱਜ ਸਵਰਾਜ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਐਂ ਲਾ ਲਓ ਵੀ ਬਸ ਜਿਹੜੇ ਅਗਲੇ ਕੰਮ ਨੇ ਹੁਣ ਬੋਡੀ ਦੇ ਸ਼ੋਅ ਦਾ ਉਹਦੇ ਲਿੰਕਾਂ ਕਿੱਥੋਂ ਖਰੀਦ ਦਿਆਂਗੇ ਬਸ ਉਹ ਚੀਜ਼ਾਂ ਆਉਣਗੀਆਂ ਅਤੇ ਹੋਰ ਜਿਹੜਾ ਮਾੜਾ ਮੋਟਾ ਉਹਦੀ ਸੀਟ ਕਿਹੜੀ ਲਾਉਣੇ ਹੈਗੇ ਟਾਇਰ ਹਾਲੇ ਫਾਈਨਲ ਨਹੀਂ ਹੋਏ ਉਹਦੇ ਅਤੇ ਉਹ ਸਾਰੀਆਂ ਚੀਜ਼ਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਸਾਂਝੀਆਂ ਕਰਾਂਗੇ ਅਤੇ ਬਾਈ ਵੀਡੀਓ ਦਾ ਅੰਤ ਤੋਰੀ ਕਰਦੇ ਹਾਂ ਨਾਲ ਬਣੇ ਰਹੋ ਬਸ ਇਸੇ ਤਰੀਕੇ ਨਾਲ ਕਮੈਂਟ ਕਰਦੇ ਰਿਹਾ ਕਰੋ ਬਾਈ ਇਸੇ ਤਰੀਕੇ ਨਾਲ ਚੈਨਲ ਸਬਸਕ੍ਰਾਈਬ ਕਰਦੇ ਰਿਹਾ ਕਰੋ ਅਤੇ ਯਾਮਾ ਆਪਾਂ ਐਂ ਨਹੀਂ ਹੈ ਵੀ ਪੁਰਾਣਾ ਯਾਮਾ ਲੈ ਕੇ ਦਿੱਤਾ ਵਧੀਆ ਐਨ ਗੱਲਬਾਤ ਵਾਲਾ ਯਾਮਾ ਗਿਵ ਅਵੇ ਕਰਨਾ ਹੈਗਾ ਉਹ ਜ਼ਰੂਰ ਧਿਆਨ ਰੱਖਿਓ ਵੀਡੀਓ ਦਾ ਅਤੇ ਆਉਣ ਵਾਲੀ ਵੀਡੀਓ ਦੇ ਵਿੱਚ ਹੋਊਗਾ ਅਤੇ ਪਰ ਚੈਨਲ ਸਾਡੇ ਸਬਸਕ੍ਰਾਈਬ ਕਰ ਲਓ ਬਾਈ ਪੰਜਾਬੀ ਵਲੌਗ ਵਿੱਚ ਜੈ ਸਿੰਘ ਅਤੇ ਆਪਣੇ ਵਾਲਾ ਚੈਨਲ ਅਤੇ ਆ ਜੇ ਵੀਡੀਓ ਪਾਉਣ ਲੱਗੇ ਇਹਦੇ ਵਾਲਾ ਵੀ ਕਰ ਲਿਓ ਇਹ ਵੀਡੀਓ ਨਹੀਂ ਪਾ ਰਿਹਾ ਹੈਗਾ ਚੈਨਲ 'ਤੇ ਪੈਸੇ ਦਿਓ ਕਹਿੰਦਾ ਬਾਏ ਬਾਏ ਵੀਡੀਓ ਦਾਨ ਤੂਰੀ ਕਰਦੇ ਕਿਹੜੇ ਪੈਸੇ ਬੰਦ ਕਰ ਲੈ।